ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਜਸਮੀਤ ਕੌਰ ਤੇ ਸ਼ੁਰੂ ਕਰਦੇ ਹਾਂ ਦਿਨ ਭਰ ਦੀਆਂ ਖਬਰਾਂ ਫਟਾਫਟ ਅੰਦਾਜ਼ 'ਚ। ਪੰਜਾਬ ਭਰ 'ਚ ਹੜ੍ਹਾਂ ਦਾ ਖਤਰਾ, ਫਾਜ਼ਿਲਕਾ ਦੇ 13 ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ, ਫਿਰੋਜ਼ਪੁਰ ਦੇ 2 ਪਿੰਡਾਂ ਦੇ ਵਿੱਚ NDRF ਦੇ ਵੱਲੋਂ ਰੈਸਕਿਊ ਆਪਰੇਸ਼ਨ। ਕਪੂਰਥਲਾ ਦੇ ਮਾਂਡੇ ਇਲਾਕੇ ਦੇ 16 ਪਿੰਡਾਂ ਵਿੱਚ ਪਾਣੀ ਦੀ ਮਾਰ, 300 ਲੋਕਾਂ ਨੂੰ ਬਚਾਉਣ ਲਈ ਚਲਾਇਆ ਗਿਆ ਰੈਸਕਿਊ ਆਪਰੇਸ਼ਨ। ਗਿੱਦੜ ਪਿੰਡੀ ਵਿੱਚ ਬਣ ਰਹੇ ਬੰਨ ਵਿੱਚ ਦਰਾਰ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ। ਲੁਧਿਆਣਾ 'ਚ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ, ਬੁੱਢੇ ਨਾਲੇ ਦੇ ਕੰਢੇ 5 ਥਾਵਾਂ ਤੋਂ ਟੁੱਟੇ। ਹਰੀਕੇ ਹੈੱਡ ਵਰਕਰਸ ਤੇ 31 'ਚ 24 ਗੇਟ ਖੋਲ੍ਹੇ ਗਏ। ਜਲੰਧਰ ਦੇ 102 ਪਿੰਡਾਂ ਦੀ ਹੜ੍ਹ ਹੇਠ ਹੜ੍ਹਤੀ ਮਾਰ, ਫਸਲਾਂ ਦਾ ਭਾਰੀ ਨੁਕਸਾਨ। ਪੰਜਾਬ ਦੇ ਵਿੱਚ ਹੜ੍ਹ ਦੇ ਕਹਿਰ ਨਾਲ 1700 ਸਟੋਰ ਦਾ ਨੁਕਸਾਨ, ਜਲੰਧਰ ਦੇ ਰੂਪਨਗਰ ਦੇ ਵਿੱਚ ਪਾਣੀ ਨੇ ਮਚਾਈ ਤਬਾਹੀ, ਕਈ ਪਿੰਡਾਂ ਦੀ ਫਸਲ ਬਰਬਾਦ। ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਦੇ ਵੱਲੋਂ ਜਲੰਧਰ ਦਾ ਦੌਰਾ, ਸ਼ਾਹਕੋਟ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ। ਸ਼ਾਹਕੋਟ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਦੀ ਮਾਰ, ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਗਿਆ ਦੌਰਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਾਲਾਤਾਂ ਦੀ ਸਥਿਤੀ ਦੀ ਦਿੱਤੀ ਤਾਜ਼ਾ ਜਾਣਕਾਰੀ, ਜਲਦੀ ਘਟਾਇਆ ਜਾਏਗਾ ਪਾਣੀ ਦਾ ਪੱਧਰ। ਭਾਖੜਾ ਡੈਮ ਤੋਂ ਹਾਲੇ ਵੀ ਪਾਣੀ ਜਾ ਰਿਹਾ, ਛੱਡਿਆ 1675 ਫੁੱਟ ਤੱਕ ਲਿਆਂਦਾ ਜਾਏਗਾ ਭਾਖੜਾ ਦਾ ਪਾਣੀ। ਜਲੰਧਰ ਦੇ ਵਿੱਚ ਪਾਣੀ ਦਾ ਕਹਿਰ, 72 ਘੰਟੇ ਪਹਿਲਾਂ ਦਿੱਤੀ ਗਈ ਸੀ ਚੇਤਾਵਨੀ, 85 ਪਿੰਡਾਂ ਨੂੰ ਖਾਲੀ ਕਰਨ ਦੀ ਸੀ ਚੇਤਾਵਨੀ। ਪੰਜਾਬ ਦੇ ਵਿੱਚ ਸਤਲੁਜ ਦਾ ਕਹਿਰ, ਸੁਲਤਾਨਪੁਰ ਲੋਧੀ ਦੇ ਵਿੱਚ ਵੀ ਪਾਣੀ ਹਰ ਪਾਸੇ। ਸੁਲਤਾਨਪੁਰ ਲੋਧੀ ਦੇ 15 ਤੋਂ 20 ਪਿੰਡ ਤੇ ਕਿਸਾਨਾਂ ਦੀਆਂ ਫਸਲਾਂ ਚਲ ਥਲ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦਾ ਕੰਮ ਜਾਰੀ। ਜਲੰਧਰ ਦੇ ਵਿੱਚ ਹੜ੍ਹਾਂ ਕਾਰਨ ਮੱਚੀ ਤਬਾਹੀ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਰਾਹਤ ਬਚਾਅ ਕਾਰਜ ਜਾਰੀ, ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਮੁਮਕਿਨ ਕੋਸ਼ਿਸ਼ਾਂ ਕਰ ਰਿਹਾ ਹੈ। ਲੋਕਾਂ ਨੂੰ ਰਾਹਤ ਸਮੱਗਰੀ ਜਾ ਰਹੀ ਹੈ ਵੰਡੀ, ਜਲੰਧਰ ਦੇ ਵਿੱਚ ਪ੍ਰਸ਼ਾਸਨ ਵੱਲੋਂ 18,000 ਪੈਕਟ ਖਾਣ ਪੀਣ ਦਾ ਸਮਾਨ ਤਿਆਰ ਕੀਤਾ ਗਿਆ।
ਜਲੰਧਰ ਵਿਖੇ ਪਾਣੀ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਘਰਾਂ ਦੇ ਵਿੱਚ 10 ਤੋਂ 12 ਫੁੱਟ ਤੱਕ ਖੜ੍ਹਾ ਹੋਇਆ ਪਾਣੀ। ਲੋਕ ਮਜ਼ਬੂਰ ਨੇ ਘਰ ਛੱਡਣ ਨੂੰ ਤਿਆਰ, ਪਾਣੀ ਕਾਰਨ ਘਰਾਂ ਦੇ ਸਮਾਨ ਨੂੰ ਵੀ ਭਾਰੀ ਨੁਕਸਾਨ। ਫਿਰੋਜ਼ਪੁਰ ਦੇ ਵਿੱਚ ਸਤਲੁਜ ਦਰਿਆ ਦੇ ਨੇੜੇ ਲੱਗਦੇ ਪਿੰਡਾਂ ਦੇ ਵਿੱਚ ਹੜ੍ਹ ਨੇ ਸਭ ਕੁਝ ਡੁਬੋ ਦਿੱਤਾ, ਲੋਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪਿਆ ਸਾਹਮਣਾ। ਹੜ੍ਹ ਕਰਕੇ ਲੋਕਾਂ ਦਾ ਭਾਰੀ ਨੁਕਸਾਨ, ਘਰਾਂ ਦੇ ਵਿੱਚ ਦਾਖਲ ਹੋਇਆ ਪਾਣੀ। ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾਣ ਤੋਂ ਬਾਅਦ ਪਾਣੀ ਨਾਲ ਪੰਜਾਬ ਭਰ ਦੇ ਵਿੱਚ ਹੋ ਰਹੀ ਤਬਾਹੀ, ਜਲਾਲਾਬਾਦ ਵੀ ਨਹੀਂ ਬਚਿਆ। ਦਰਿਆ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ। ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ SDM ਮੌਕੇ ਤੇ ਪੁੱਜੇ, ਲੋਕਾਂ ਨੂੰ ਰਿਲੀਫ ਕੈਂਪਾਂ ਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਦਿੱਤੀ ਜਾਣਕਾਰੀ। ਬਰਨਾਲਾ ਤਾਜੋਵਾਲ ਮੰਡਾਲਾ ਦੇ ਵਿੱਚ ਦੇਰ ਰਾਤ ਧੁੱਸੀ ਬੰਦ ਦੇ ਵਿੱਚ ਪਾਣੀ ਦਾ ਵਹਾਅ ਤੇਜ਼, ਲੋਕਾਂ ਨੇ ਸੂਚਨਾ ਦਿੱਤੀ ਡਿਪਟੀ ਕਮਿਸ਼ਨਰ ਨੂੰ। ਪੰਜਾਬ ਦੇ ਵਿੱਚ ਮੀਂਹ ਦੇ ਬਾਅਦ ਜਲ ਭਰਾ ਕਰਕੇ ਲੋਕ ਪਰੇਸ਼ਾਨ, ਮਰਿੰਡਾ ਦੇ ਪਿੰਡ ਕਾਈਨੋਰ ਦੇ ਸਕੂਲ ਤਲਾਅ ਦੇ ਵਿੱਚ ਤਬਦੀਲ।